ब्रेशिया कबड्डी टूर्नामेंट ते रोम की टीम ने मारी बाजी। फाइनल च विचेंसा नोविलारा दी सांची टीम नू हराया। यूथ क्लब क्रेमोना ब्रेशिया द्वारा बीते दिन इटली ते शहर दे खेड ग्राउंड दे विखे कबड्डी कप आयोजित किया गया। ए कबड्डी कप जीता क्रेमोना अते हैपी गांबरा द्वारा करवाया गया, जिथे इटली दे वक्-वक् हिस्सों तो 6 टीमां द्वारा हिस्सा लिया गया। अत दी गर्मी दे विच वी खिडारियों दे विच भारी जोश सी अते वड्डी तादाद दे विच दर्शक मैच देखण पहुंचे सन। कबड्डी कप के दौरान फाइनल मुकाबलों के शहीद बाबा दीप सिंह स्पोर्ट्स क्लब रोम ने बाबा कांड दास स्पोर्ट्स क्लब विचेंसा अते गुरद्वारा सिंह सभा नोविलारा की सांझी टीम नू मात दे के कबड्डी कप जित लिया। इस तरह रोम पहले स्थान पर अते विचेंसा नोविलारा दूजे स्थान पर रहे। पहले स्थान पर रही टीम नू रजिंदर सिंह रम्मी प्रधान गुरद्वारा माता साहिब कौर जी कोवो अते समूह प्रबंधक कमेटी दे वल्लों 2100 यूरो अते जेतु ट्रॉफी अते दूजे स्थान ते रही टीम नू रिंकू कोऑपरेटिवा वल्लों 1800 यूरो अते ट्रॉफी नाल सन्मानित किया गया। बे आपां असीं अज क्रमोना ब्रेशिया टूर्नामेंट दे विच पहुंचे हां। असीं पवीलियो क्लब तों बिलोंग करदे सारे प्लेयर और विच साडे सपोर्टर वां असीं सारे। असीं बहुत धन्नवाद करदे हां क्लब जिहड़े टूर्नामेंट करा रहे आ, क्यों एक टूर्नामेंट कराउण दा मकसद इक्को ही इक आ ਵੀ ਅਸੀਂ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਨਸ਼ਿਆਂ ਤੋਂ ਔਰ ਜਿਹੜਾ ਗਲਤ ਕੰਮਾਂ ਤੋਂ ਬਚਾਉਣ ਲਈ ਸਿਹਤਾਂ ਦੀ ਫਿਜ਼ੀਕਲ ਰੱਖਣ ਲਈ ਆਪਾਂ ਇਹਨਾਂ ਕਰਕੇ ਇਹਨਾਂ ਨੂੰ ਗੇਮਾਂ ਵਿੱਚ ਪਾ ਰਹੇ ਹਾਂ ਅਤੇ ਜਿਹੜੇ ਪਲੇਅਰ ਉਹਨਾਂ ਨੂੰ ਦੇਖ ਕੇ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੀ ਗੇਮਾਂ ਦੇ ਵਿੱਚ ਪਵੇ। ਅਸੀਂ ਬਹੁਤ ਧੰਨਵਾਦ ਕਰਦੇ ਜਿਹੜੇ ਟੂਰਨਾਮੈਂਟ ਕਰਾਉਂਦੇ ਆ। ਲਓ ਜੀ, ਅੱਜ ਅਸੀਂ ਇਟਲੀ ਦੇ ਬ੍ਰੇਸ਼ੀਆ ਸਿਟੀ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ। ਇੱਥੇ ਬਹੁਤ ਹੀ ਵਧੀਆ ਜਿਹੜੇ ਆ ਟੂਰਨਾਮੈਂਟ, ਜਿਹੜੀ ਪੂਰੀ ਇਟਲੀ ਤੋਂ ਕਬੱਡੀ ਦੀਆਂ ਟੀਮਾਂ ਆਈਆਂ ਹੋਈਆਂ ਆ ਔਰ ਬਹੁਤ ਹੀ ਰਸ਼ ਪਿਆ ਹੋਇਆ ਆ ਔਰ ਦਿਨ ਵੀ ਬਹੁਤ ਵਧੀਆ ਲੱਗਾ ਹੋਇਆ ਵਾਹਿਗੁਰੂ ਦੀ ਦਇਆ ਨਾਲ, ਅਤੇ ਬਹੁਤ ਵਧੀਆ ਮੈਚ ਚੱਲ ਰਹੇ ਅੱਜ। ਔਰ ਅਸੀਂ ਚਾਹੁੰਦੇ ਹਾਂ ਹਰੇਕ ਕੋਈ ਕਬੱਡੀ ਨੂੰ ਵੀ ਨਸ਼ਿਆਂ ਤੋਂ ਪਰੇ ਰਹਿ ਕੇ ਕਬੱਡੀ ਨੂੰ ਅੱਗੇ ਲੈ ਕੇ ਜਾਈਏ ਮਾਰਕੀਟ ਕਬੱਡੀ ਨੂੰ, ਅਤੇ ਹਰ ਸਾਲ ਇਸ ਸਾਲ ਜੇ ਘੱਟ ਵੀ ਹੁੰਦੇ ਅਗਲੇ ਸਾਲ ਤੋਂ 2-3 ਟੂਰਨਾਮੈਂਟ ਵੱਧ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪਹੁੰਚੇ ਹਾਂ ਬ੍ਰੇਸ਼ਿਆ ਧਰਤੀ 'ਤੇ, ਇੱਥੇ ਕਬੱਡੀਆਂ ਦੇ ਮੈਚ ਹੋ ਰਹੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤਾ ਭਲਾ ਚੈਰਿਟੀ ਟਰੱਸਟ ਵੱਲੋਂ ਅੱਜ ਹੜ੍ਹ ਪੀੜਤ ਪੰਜਾਬ ਦੇ ਵਿੱਚ ਜੋ ਮੁਸੀਬਤ ਪਈ ਹੈ ਉਹਦੇ ਕਰਕੇ ਸਾਨੂੰ ਸੱਦਿਆ ਗਿਆ। ਇੱਥੇ ਸਾਰੇ ਵੀਰਾਂ ਨੂੰ ਆਪਾਂ ਦੱਸਿਆ ਜਿੱਦਾਂ ਬਹੁਤ ਸਹਿਯੋਗ ਦਿੱਤਾ ਵੀਰਾਂ ਨੇ ਵੱਧ ਚੜ੍ਹ ਕੇ, ਤਾਂ ਸਾਰੇ ਵੀਰਾਂ ਨੂੰ ਧੰਨਵਾਦ ਕਰਦੇ ਹਾਂ ਆਪਾਂ ਇਟਲੀ ਸੰਘ ਦਾ ਜਿਹੜਾ ਇੰਨਾ ਵੱਧ ਚੜ੍ਹ ਕੇ ਸਹਿਯੋਗ ਦੇ ਰਿਹਾ ਟਰੱਸਟ ਨੂੰ। ਅਤੇ ਬਾਕੀ ਆ ਕਬੱਡੀਆਂ ਦਾ ਜਿਹੜਾ ਜੀਤੇ ਵੀਰ ਜੀ ਨੇ ਮੈਚ ਕਰਾ ਰਹੇ ਆ, ਬਹੁਤ ਸ਼ਲਾਘਾਯੋਗ ਕਦਮ ਆ ਨਸ਼ਿਆਂ ਤੋਂ ਦੂਰ ਰੱਖਣ ਲਈ, ਬਹੁਤ ਸੋਹਣਾ ਕਦਮ ਇਹਨਾਂ ਦਾ, ਅਤੇ ਆਪਣੀ ਕਮਿਊਨਿਟੀ ਨੂੰ ਆਪਾਂ ਚੰਗੇ ਪਾਸੇ ਲੈ ਕੇ ਜਾਈਏ। ਅਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਤਾਂ ਜ਼ਰੂਰ ਇੱਦਾਂ ਦੇ ਉਪਰਾਲੇ ਕੀਤੇ ਜਾਣ। ਬਾਕੀ ਸਾਡੇ ਸ਼ਰਮਾ ਭਾਅ ਜੀ ਹੋਣੀ, ਰਾਜੂ ਜੋਹਲ ਭਾਅ ਜੀ ਹੋਣੀ, ਪਹਿਲਾਂ ਉਹਨਾਂ ਨੇ ਯੂਰਪ ਕੱਪ ਕਰਾਇਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਚੰਗੇ ਪਾਸੇ ਨੂੰ ਆਪਣੀ ਕਮਿਊਨਿਟੀ ਨੂੰ ਲੈ ਕੇ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਇੱਥੇ ਕਬੱਡੀ ਦਾ ਮੇਲਾ ਹੋਇਆ ਸੀਗਾ ਆਪਣੇ ਬ੍ਰੇਸ਼ਿਆ ਵਿਖੇ, ਹੈਪੀ ਗਾਂਬਰਾ, ਅਤੇ ਮੈਂ ਕਰਵਾਇਆ ਦੋਨਾਂ ਭਰਾਵਾਂ ਨੇ ਰਲ ਕੇ, ਅਤੇ ਆਪਣਾ ਰਿੰਮੀ ਵੀਰ ਉਹਨਾਂ ਦਾ ਫਸਟ ਪ੍ਰਾਈਜ਼ ਸੀਗਾ ਮਾਤਾ ਸਾਹਿਬ ਕੋਲ ਗੁਰੂ ਘਰ ਕੋਵੋ ਵੱਲੋਂ, ਅਤੇ ਦੂਜਾ ਪ੍ਰਾਈਜ਼ ਸੀਗਾ ਆਪਣਾ ਰਿੰਕੂ ਵੀਰ ਕੋਪਰਾਦੀਆ ਵੱਲੋਂ। ਬਹੁਤ ਬਹੁਤ ਧੰਨਵਾਦ ਭਰਾਵਾਂ ਦਾ, ਮੇਲਾ ਬਹੁਤ ਵਧੀਆ ਹੋਇਆ। ਫਸਟ ਟੀਮ ਹੈਗੀ ਆ ਜਿਹੜੀ ਆਪਣੀ ਰੋਮਾ ਦੀ ਆ, ਸੈਕਿੰਡ ਟੀਮ ਹੈਗੀ ਵਿਚੈਂਸੇ ਦੀ। ਬਹੁਤ ਵਧੀਆ ਮੇਲਾ ਹੋਇਆ, ਇੱਦਾਂ ਹੀ ਆਪਣੇ ਮੇਲੇ ਹੁੰਦੇ ਰਹਿਣ, ਇੱਦਾਂ ਹੀ ਉਪਰਾਲੇ ਮੇਰਾ ਵੀਰ ਵੱਧ ਤੋਂ ਵੱਧ ਆਪਣੇ ਭਰਾ ਕੇ ਕਰਦੇ ਰਹੋ। ਨਸ਼ਿਆਂ ਤੋਂ ਬਚੋ, ਨਸ਼ਿਆਂ ਨੂੰ ਛੱਡੋ, ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ, ਇੱਧਰ ਨੂੰ ਕਬੱਡੀ ਵੱਲ ਨੂੰ, ਗੇਮਾਂ ਵੱਲ ਨੂੰ ਲੈ ਕੇ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦਾ ਮੈਚ ਦੇਖਿਆ ਤਾਂ ਬਹੁਤ ਹੀ ਸੋਹਣੇ ਮੈਚ ਜਿਹੜੇ ਇੱਥੇ ਹੋਏ, ਜਿਹੜਾ ਕਿ ਸਿਹਰਾ ਇੱਕ ਜੀਤਾ ਕਰਮੋਨਾ ਅਤੇ ਹੈਪੀ ਗਾਂਬਰਾ ਨੂੰ ਜਾਂਦਾ, ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਉਹਨਾਂ ਨੇ ਮੈਚ ਕਰਵਾਇਆ, ਜਿਨ੍ਹਾਂ ਦੇ ਵਿੱਚ ਇਟਲੀ ਦੇ ਕੋਨੇ ਕੋਨੇ ਤੋਂ ਜਿਹੜੀਆਂ ਟੀਮਾਂ ਆਈਆਂ ਹਿੱਸਾ ਲਿਆ। ਰੋਮਾ ਦੀ ਟੀਮ ਫਸਟ ਪ੍ਰਾਈਜ਼ ਲੈ ਕੇ ਜਿੱਤੀ ਅਤੇ ਵਿਚੈਂਸੇ ਦੀ ਟੀਮ ਸੈਕਿੰਡ ਰਹੀ। ਇਹੋ ਜਿਹੇ ਮੈਚ ਜਿਹੜੇ ਨੇ ਇਟਲੀ ਦੇ ਵਿੱਚ ਕਰਾਉਣ ਦਾ ਇੱਕੋ ਹੀ ਮਕਸਦ ਆ ਕਿ ਜਿਹੜੀ ਸਾਡੀ ਆਉਣ ਵਾਲੀ ਪਨੀਰੀ, ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਸੇਧ ਮਿਲੇ, ਨਸ਼ਿਆਂ ਤੋਂ ਬਚਣ, ਗਰਾਊਂਡ ਦੇ ਵਿੱਚ ਆਉਣ, ਪਰਿਵਾਰਾਂ ਨੂੰ ਸੁੱਖ ਹੋਵੇ। ਜਿਵੇਂ ਕਿ ਇੰਡੀਆ ਇਸ ਟਾਈਮ ਬਹੁਤ ਨਸ਼ੇ ਦਾ ਹੜ੍ਹ ਚੱਲਣ ਡਿਆ, ਪਰ
ज्यों ज्यों अं अपने बच्चों इस गेम के पावे दौड़ा के अथलीट कोई भी गेम आन नशा तो बचणगे बहुत ही चढ़ती कला के जोड़े मैच इदा ही होंगे रहन। सो सारिया जड़िया आईया संगत ने आईया आए मेरे वीर उन्हों का भी बहुत बहुत धन्यवाद। फस्ट प्राइज जो सीगा कोवो माता साहब कौर जी वाल दे स्थाना तो वो प्राइज दिता गया सारी संगत तो सारी कमेटी वालों इदा ही सारे सारे वीर जे आए ने उनका धन्यवाद। चढ़ती कला रहे यह जे मैच जड़े ने इटली थां थां ते अगे भी जोड़े होने ने उन्हों का सहयोग दईए।